ਜਿਹੜੇ ਅੱਜ ਤੁਸੀਂ ਚੈਕਿੰਗ ਕਰ ਰਹੇ ਰੇਲਵੇ ਦੀ, ਇਹ ਕਾਹਦੀ ਚੈਕਿੰਗ ਹੈ ਜੀ? ਟਾਈਮ ਟੂ ਟਾਈਮ ਵੈਸੇ ਅਸੀਂ ਚੈੱਕ ਕਰਦੇ ਰਹਿੰਦੇ ਹਾਂ, ਸਰਪ੍ਰਾਈਜ਼ ਚੈਕਿੰਗ ਹੁੰਦੀ ਹੈ ਜਿਹੜੀਆਂ ਟ੍ਰੇਨਸ ਕੋਈ ਆਉਂਦੀਆਂ ਜਾਂ ਜਾਂਦੀਆਂ ਉਹਨਾਂ 'ਚ ਕੌਣ ਆ ਰਿਹਾ ਕੌਣ ਜਾ ਰਿਹਾ, ਪਲੱਸ ਜਿਹੜੀ 15 ਅਗਸਤ ਨਜ਼ਦੀਕ ਆ ਰਹੀ ਹੈ ਉਹਦੇ ਧਿਆਨ 'ਚ ਰੱਖਦੇ ਹੋਏ ਵੀ ਅਸੀਂ ਇਹ ਚੈਕਿੰਗ ਕਰ ਰਹੇ ਹਾਂ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੈਕਿੰਗ ਜਿਹੜੀ ਸਾਡੀ ਲਗਾਤਾਰ ਜਾਰੀ ਰਹੇਗੀ। ਜੀ ਆਰ ਪੀ ਵਾਲੇ ਨਾਲ ਤਾਲਮੇਲ ਕਰਕੇ SHO ਸਾਹਿਬ ਨੇ ਇਹ ਵੀ ਪੂਰਾ ਸਹਿਯੋਗ ਕਰਦੇ ਹਾਂ ਅਤੇ ਅਸੀਂ ਦੋਨੋਂ ਰਲ ਕੇ ਚੈਕਿੰਗ ਕਰਦੇ ਹਾਂ ਜੀ। ਰੇਲਵੇ ਅਬੋਰਡ ਸਟੇਸ਼ਨ ਪਰ ਅੱਜ 15 ਅਗਸਤ ਲੈਕਰ DSP ਰਾਹੁਲ ਭਾਰਦਵਾਜ, SHO ਨਗਰ ਥਾਣਾ ਅਬੋਹਰ ਬਲਜੀਤ ਸਿੰਘ, ਅੰਨਿਆ ਪੁਲਿਸ ਪਾਰਟੀ, ਰੇਲਵੇ ਪੁਲਿਸ ਪਾਰਟੀ ਨੂੰ ਜਾਂ GRP ਪੁਲਿਸ ਪਾਰਟੀ ਚੈਕਿੰਗ ਕਰ ਰਹੀ ਹੈ। 15 ਅਗਸਤ ਕੋ ਲੇਕਰ ਰੂਟੀਨ ਕੀ ਚੈਕਿੰਗ ਜਾਰੀ ਹੈ ਤਾਂ ਕਿ ਕੋਈ ਅਪ੍ਰੀਏ ਘਟਨਾ ਨਾ ਘਟ ਸਕੇ। ਰੇਲਵੇ ਸਟੇਸ਼ਨ ਅਬੋਹਰ ਪਰ ਚੈਕਿੰਗ ਜਾਰੀ ਹੈ। ये रेलवे स्टेशन अबोहर है, यहाँ पर DSP राहुल भारद्वाज अबोहर, DSP रेलवे, GRP, अन्य पुलिस पार्टी, नगर थाना के प्रभारी बलजीत सिंह, रेलवे पुलिस द्वारा चेकिंग की जा रही है। ये अबोहर का रेलवे स्टेशन है, 15 अगस्त को लेकर चेकिंग जारी है।